ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਤੁਹਾਨੂੰ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਨਾਲ ਸ਼ਾਹ ਲਾਲ ਦਿੱਤਾ ਬੁੱਧਿਸਟ ਰੋਇੰਸ ਜਿਹੜੀਆਂ ਬੁੱਧਿਸਟ ਕੇਵ ਨੇ ਉਹਦੇ ਵਿੱਚ ਅਸੀਂ ਬੈਠੇ ਹੋਏ ਹਾਂ, ਔਰ ਮੈਨੂੰ ਇੱਥੇ ਬਹੁਤ ਅੱਛਾ ਲੱਗ ਰਿਹਾ ਸੀ ਇੱਕ ਸਪਿਰਚੁਅਲ ਹਵਾਲੇ ਦੇ ਨਾਲ, ਇੱਕ ਬੜੀ ਅੱਛੀ ਜਗ੍ਹਾ ਲੱਗ ਰਹੀ ਸੀ ਇਹ ਬੈਠਣ ਵਾਸਤੇ, ਅਤੇ ਮੈਂ ਇੱਥੇ ਆ ਕੇ ਬੈਠ ਗਿਆ। ਔਰ ਮੇਰੇ ਪਸੰਦੀਦਾ ਨੇ ਉਸਤਾਦ ਜ਼ਫਰ ਅਲੀ, ਮੈਂ ਉਹਨਾਂ ਨੂੰ ਬੜਾ ਪਿਆਰ ਕਰਨਾ ਵਾਂ, ਉਹ ਦੁਨੀਆ ਤੋਂ ਚਲੇ ਗਏ, ਅੱਲਾ ਜਨਨ ਨਸੀਬ ਕਰੇ, ਲੇਕਿਨ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਰਹਿੰਦੀ ਦੁਨੀਆ ਤੱਕ ਰਹੇਗੀ। ਔਰ ਪੰਜਾਬੀਆਂ ਵਾਸਤੇ ਜਿਹੜੀ ਉਹ ਗੱਲਾਂ ਛੱਡ ਕੇ ਗਏ ਨੇ ਉਹਨਾਂ ਦਾ, ਉਹਨਾਂ ਦੇ ਬਾਰੇ ਮੈਂ ਜ਼ਿਕਰ ਕਰਨ ਲੱਗਾ ਵਾਂ, ਔਰ ਜ਼ਿਕਰ ਕੀ ਕਰਨ ਲੱਗਾ ਬਲਕਿ ਤੁਹਾਨੂੰ ਸੁਣਾਵਾਂਗਾ। ਅਤੇ ਤੁਸੀਂ ਸੁਣੋ ਉਸਤਾਦ ਜ਼ਫਰ ਦੀ ਇੱਕ ਪਿਆਰੀ ਜਿਹੀ ਗਜ਼ਲ ਜਿਹੜੀ ਹੈ। ਕੀਤੀ ਦਿਲੜੀ ਕੁਰਾੜੀ, ਲੱਖਾਂ ਹਜ਼ਾਰਾਂ ਦੀ ਉਮੀਦ ਸੀ ਸਜਣਾ, ਤੇਤੇ ਇੱਕ ਵੀ ਤੋੜ ਨਾ ਚਾੜੀ। ਮਨ ਦਾ ਥੀ ਵੇ ਉਹਨਾਂ ਮੰਦਿਆਂ ਦਾ, ਮਨ ਦਾ ਥੀ ਵੇ ਉਹਨਾਂ ਮੰਦਿਆਂ ਦਾ, ਜਿਨ੍ਹਾਂ ਵਸਦੀ ਜੋ ਕਰਕੇ ਬਹਾਨੇ ਅਸਾਂ ਰਾਤ ਸਾਰੀ ਟਾਲੇ, ਕਰਕੇ ਬਹਾਨੇ ਅਸਾਂ ਰਾਤ ਸਾਰੀ ਟਾਲੇ। ਜਿੰਨਾ ਕਦੋਂ ਯਾਰ ਨਹੀਂ ਆਇਆ, ਤੇ ਰੱਬ ਖੈਰ ਕਰੇ ਉਹਦੇ ਦਮ ਦੀ, ਈਦਾਂ ਵਾਲੇ ਈਦ ਮਨਾਉਂਦੇ ਤੇ ਮੈਂ ਰਾਤ ਗੁਜ਼ਾਰਾਂ ਗਮ ਦੀ।